पहला तो नवे साल दधाई सारे बहुत साढ़े माणयोग कमिश्नर ऑफ पुलिस अमृतसर श्री गुरप्रीत सिंह भुल्लर वालों जिहड़े माड़े अंसर ते गैंगस्टर खिलाफ मुहिम चलाई है उहदे विच सानू वड्डी कामयाबी उदों मिली जदों साढ़े ACP सेंट्रल सुरेंद्र सिंह SHO गेट कीमा हरसनदीप CA इंचार्ज इंस्पैक्टर अमोलक चौंकी इंचार्ज अनगढ़ SI बलविंदर की टीम ने दो बंदियां नूं अरैसट करके वख-वख केसां दे विच 6 कंट्री मेड पिस्टल जिहड़े बरामद कीते है। पहले केस दे विच चौंकी इंचार्ज अनगढ़ बलविंदर की टीम ने दोषी साहिल उर्फ शांगा नूं अनगढ़ फाटक के नेड़े गिरफ़्तार किया। उहदे कोलों 5 कंट्री मेड पिस्टल जिहड़े बरामद होए है। इहदे खिलाफ़ पहलां भी 2 इरादा कतल के जिहड़े केसिस हैगे उहदे विच लोड़िंदा हैगा। इहदी पुछगिछ तो यह भी गल सामने आई ये अपने 2 साथियां एक रक्षित सैनी विजय कुमार उर्फ भीड़ी दे नाल मिलके हथियारों की सप्लाई करते सी ते इन्हां ने पूरा अपना जिहड़ा है ऑर्गेनाइज्ड गैंग बनाया होया सी हथियार सप्लाई करन दा। वो जिहड़े दूसरे 2 ने वह पहलां ही हथियार बरामदी के केस दे विच जेलां दे विच ने ते इहनूं फड़ के जिहड़ा ये गैंग है ये भी बस्ट किया गया। दूसरा जिहड़ा दोषी है विशाल उन्हों गेट कीमा पुलिस दे विच फड़िया गया उसके कोलों भी जिहड़ा 1 कंट्री मेड पिस्टल बरामद होया है। ये वक्-वक् FIR एक नंबर ते दूसरी 2 नंबर आर्म्स एक्ट के अधीन गेट कीमा दे विच दर्ज की गई। जिहड़ा ये शांगा सी फड़िया है ये वक्-वक् थाणियां दे विच इहदे खिलाफ़ हुण तक 7 परचे दर्ज है। ਇਹਦੇ ਖਿਲਾਫ ਜਿਹੜੀਆਂ ਪਹਿਲਾਂ ਵੀ ਹੈਗੀਆਂ ਪਹਿਲਾਂ ਵੀ 307 ਦੀ ਵਾਰਦਾਤ ਦੇ 2 ਮੁਕੱਦਮੇ ਹੈਗੇ ਆ, ਸਨੈਚਿੰਗ ਦੇ ਮੁਕੱਦਮੇ ਹੈਗੇ ਆ ਤੇ ਆਮ ਜਗਤ ਦੇ ਮੁਕੱਦਮੇ ਹੈਗੇ ਆ। ਇਹ ਸਨੈਚਿੰਗ ਕਰਦੇ ਆ ਤੇ ਲੜਾਈ ਝਗੜੇ ਕਰਦੇ ਆ, ਜਿਵੇਂ ਕਿ ਤੁਸੀਂ ਦੇਖਿਆ ਕਿ ਰਾਤਾ ਕਤਲ ਦੇ ਇਹਨਾਂ ਦੇ ਪਹਿਲਾਂ ਵੀ ਮੁਕੱਦਮੇ ਹੈਗੇ। ਇਹ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ, ਇਹ ਜਿਹੜੇ 3 ਸਾਥੀ ਸੀਗੇ ਇਹ ਇਕੱਠੇ ਜਿਹੜਾ ਇਹ ਵੈਪਨ ਹੀ ਸਪਲਾਈ ਕਰਦੇ ਸੀਗੇ। ਇਹਦੇ ਵਿੱਚੋਂ ਜਿਹੜਾ ਅਸੀਂ ਹੁਣ ਇੱਕ ਫੜਿਆ ਹੈਗਾ ਸਾਹਿਲ ਸ਼ਾਂਗਾ, ਇੱਕ ਪਹਿਲਾਂ ਵੀ ਜਿਹੜਾ ਅਸੀਂ ਫੜਿਆ ਸੀਗਾ ਭੇੜੀ ਉਹ ਤੋਂ ਵੀ ਅਸੀਂ ਵੈਪਨ ਰਿਕਵਰ ਕੀਤੇ ਸੀ, ਉਹਨੂੰ ਜੇਲ੍ਹ ਭੇਜਿਆ ਸੀ। ਇੱਕ ਤੀਜਾ ਇਹਨਾਂ ਦਾ ਸਾਥੀ ਹੈਗਾ ਰਕਸ਼ਿਤ। ਇਹ ਜਿਹੜਾ ਅਸੀਂ ਸਾਨੂੰ ਹਜੇ ਤੱਕ ਜੋ ਲੱਗ ਰਿਹਾ ਜੇ ਪੁੱਛਗਿੱਛ ਦੇ ਵਿੱਚ ਸਾਹਮਣੇ ਨਹੀਂ ਆਇਆ MP ਜਾਂ UP ਤੋਂ ਇਹ ਵੈਪਨ ਲੈ ਕੇ ਆਉਂਦੇ ਹੋਣਗੇ, ਕਿਉਂਕਿ ਪਹਿਲਾਂ ਵੀ ਜਿਹੜਾ ਅਸੀਂ ਫੜਿਆ ਸੀ ਉਸ ਤੋਂ ਵੀ ਅਸੀਂ 4 ਜਿਹੜੇ ਇਹੀ ਕੰਟਰੀ ਮੇਡ ਪਿਸਟਲ ਬਰਾਮਦ ਕੀਤੇ। ਇਹਦੇ ਵਿੱਚੋਂ ਵੱਖ-ਵੱਖ ਬੋਰ ਦੇ ਜਿਹੜੇ ਰੌਂਦ ਬਰਾਮਦ ਹੋਏ ਆ, ਟੋਟਲ 42 ਰੌਂਦ ਹੈਗੇ ਆ, ਕੁਛ 32 ਬੋਰ ਦੇ ਹੈਗੇ ਆ, 315 ਬੋਰ ਦੇ ਤੇ 12 ਬੋਰ ਦੇ ਰੌਂਦ ਬਰਾਮਦ ਹੋਏ। ਇਹਦੇ ਵਿੱਚ ਦੇਖੋ ਜੀ, ਹਜੇ ਤੱਕ ਪੁੱਛਗਿੱਛ ਦੇ ਵਿੱਚ ਜਿਹੜੇ 3 ਦੋਸ਼ੀ ਸਾਹਮਣੇ ਆਏ ਆ, ਸਾਨੂੰ ਲੱਗਦਾ ਕਿ ਹੋਰ ਵੀ ਜਿਹੜੀ ਅੱਗੇ ਜਦੋਂ ਅਸੀਂ ਫਾਰਵਰਡ ਲਿੰਕ ਬੈਕਵਰਡ ਲਿੰਕ ਤੇ ਜਾਵਾਂਗੇ ਤਾਂ ਹੋਰ ਵੀ ਦੋਸ਼ੀ ਨਾਮਜ਼ਦ ਹੋ ਸਕਦੇ ਆ ਤੇ ਹੋਰ ਵੀ ਰਿਕਵਰੀ ਹੋ ਸਕਦੀ ਹੈ। ਸਰ, ਇੰਨੀ ਪਿਸਟਲ ਪਿਛਲੇ ਟਾਈਮ ਵੀ ਫੜੀ ਆਈ ਸੀ, ਅੱਜ ਵੀ ਤੁਹਾਡੀ ਬਹੁਤ ਅੱਛੀ ਰਿਕਵਰੀ ਹੈ, ਪਰ ਕਿੰਨਾ ਕੁ ਈਜ਼ੀ ਹੋ ਚੁੱਕਾ ਸਿਸਟਮ ਆਉਣਾ ਇੰਨਾ ਫੜਨ ਦੇ ਬਾਵਜੂਦ ਵੀ ਲਗਾਤਾਰ ਫੜੀਆਂ ਜਾ ਰਹੀਆਂ ਨੇ? ਇਹ ਜੀ ਦੇਖੋ, ਇਹ ਇਸ ਤਰ੍ਹਾਂ ਨਹੀਂ ਕਹਾਂਗੇ ਕਿ ਈਜ਼ੀ ਹੋ ਗਿਆ, ਬਟ ਇਹ ਜ਼ਰੂਰ ਹੈਗਾ ਕਿ ਹਾਂ ਜਿਹੜਾ ਇਹਨਾਂ ਦਾ ਵਿੱਚੋਂ ਨੈਟਵਰਕ ਚੱਲਦਾ ਪਿਆ ਸੀ ਤੇ ਹੁਣ ਅਸੀਂ ਇਹਨਾਂ ਦੀ ਪੁੱਛਗਿੱਛ ਤੋਂ ਇਹ ਦੇਖਣਾ ਚਾਹੁੰਦੇ ਹੈਗਾ ਕਿ ਪਿੱਛੋਂ ਕਿਸ ਤਰ੍ਹਾਂ ਇਹ ਲੈ ਕੇ ਆਉਂਦੇ ਆ, ਕੀ ਇਹਨਾਂ ਨੇ ਆਪਸ 'ਚ ਨੈਟਵਰਕ ਬਣਾਇਆ ਹੈ, ਫੋਨ ਥਰੂ ਟਾਈ ਅਪ ਕਰਦੇ ਆ, ਸੋਸ਼ਲ ਮੀਡੀਆ ਥਰੂ, ਉਹ ਸਾਰਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ। ਇਹ ਜੀ ਜੋ ਹਜੇ ਤੱਕ ਸਾਹਮਣੇ ਆਇਆ ਹੈਗਾ, ਕੁਛ ਟ੍ਰੇਨ ਵੀ ਯੂਜ਼ ਕਰਦੇ ਆ, ਕੁਛ ਬੱਸ ਦੇ ਥਰੂ ਵੀ ਲੈ ਆਉਂਦੇ ਆ, ਇਹ ਵਾਲੇ ਜਿਹੜੇ ਮੋਡ ਆਫ ਟ੍ਰਾਂਸਪੋਰਟ ਜ਼ਿਆਦਾ ਯੂਜ਼ ਕਰਦੇ ਆ। ਇਹ ਜੀ ਇਹ ਤਾਂ ਅਲੱਗ ਅਲੱਗ ਵੱਖ ਵੱਖ ਜਿੱਥੋਂ ਇੱਥੋਂ ਲੈ ਕੇ ਆਉਂਦੇ ਆ, ਤਾਂ ਮਤਲਬ ਐਗਜੈਕਟ ਨਹੀਂ, ਥੋੜ੍ਹਾ ਉਹਦੀ ਮੇਕ ਦੇ ਹਿਸਾਬ ਨਾਲ ਵੀ ਹੈਗਾ, ਉਹਦੇ ਹਿਸਾਬ ਨਾਲ ਵੱਖ ਵੱਖ ਦੇ ਰੇਟਾਂ ਦੇ ਹੈਗੇ। ਹਾਂਜੀ, ਇਹ ਦੇਖੋ ਜੀ, ਇਹਨਾਂ ਦੇ ਆਪਣੇ ਵੀ ਜਿਹੜੇ ਹੈਗੇ ਆ, ਆਪ ਵੀ ਕ੍ਰਾਈਮ ਕਰਦੇ ਆ, ਕਿਉਂਕਿ ਸਨੈਚਿੰਗ ਦਾ ਪਰਚਾ ਦਰਜ ਹੈਗਾ, 307 ਦੇ ਪਰਚੇ ਦਰਜ ਹੈਗੇ ਨੇ, ਤੇ ਅੱਗੋਂ ਸੇਲ ਕਰਨ ਦੇ ਵੀ ਇਹਨਾਂ ਦੇ ਪਹਿਲਾਂ ਪਰਚੇ ਦਰਜ ਹੈਗੇ ਨੇ। ਸਾਰੇ ਬੰਦੇ ਪਹਿਲਾਂ ਹੀ ਵਾਂਟਡ ਆ, ਫਿਰ ਮਤਲਬ ਇਹਨਾਂ ਈਜ਼ੀ ਕਿੰਦਰ ਕਿਉਂ ਇਹਨਾਂ ਲਈ ਇਹ ਚੀਜ਼ਾਂ ਲੈ ਕੇ ਆਉਣਾ? ਨਹੀਂ ਦੇਖੋ ਜੀ, ਉਹੀ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਪਹਿਲਾਂ ਵੀ ਵਾਂਟਡ ਹੈਗੇ ਆ, ਉਦੋਂ ਕ੍ਰਾਈਮ ਕਰਦੇ ਹੈਗੇ ਆ, ਤੇ ਉਹੀ ਸਾਰਾ ਅਸੀਂ ਬੈਕਵਰਡ ਲਿੰਕ ਤਾਂ ਜਾਵਾਂਗੇ ਕਿੱਥੋਂ ਲੈ ਕੇ ਆਉਂਦੇ ਹੈਗੇ ਆ, ਕਿਉਂਕਿ ਫੜ ਕੇ ਜਦੋਂ ਫੜਦੇ ਆ ਕੇਸ ਦਰਜ ਹੁੰਦਾ ਹੈਗਾ, ਫਿਰ ਦੁਬਾਰਾ ਕ੍ਰਾਈਮ ਕਰਦੇ ਆ, ਤੇ ਤੁਹਾਡੇ ਸਾਹਮਣੇ ਹੀ ਹੈਗਾ ਸਰ। ਸਰ, ਜਿਸ ਤਰ੍ਹਾਂ ਤੁਹਾਡਾ ਨੂੰ ਦੱਸਿਆ ਗਿਆ ਕਿ ਇੱਕ ਜਿਹੜਾ ਨੌਜਵਾਨ ਹਕੀਮਾ ਪੁਲਿਸ ਵੱਲੋਂ ਫੜਿਆ ਗਿਆ ਤਾਂ ਦੂਸਰਾ CA ਵੱਲੋਂ ਫੜਿਆ ਗਿਆ, ਕੀ ਇਹ ਦੋਵੇਂ ਇੱਕ ਦੂਸਰੇ ਨੂੰ ਜਾਣਦੇ? ਨਹੀਂ ਜੀ, ਇਹ ਦੋਵੇਂ ਵੱਖ-ਵੱਖ ਕੇਸ ਹੈਗੇ ਨੇ ਜੀ, ਦੋਵੇਂ ਇੱਕ ਵਿਸ਼ਾਲ ਹੈਗਾ, ਉਹ CA ਵੱਲੋਂ ਕੇਸ ਦਿੱਤਾ ਗਿਆ ਜੀ, ਉਹ 2 ਨੰਬਰ ਪਰਚਾ ਹੈਗਾ, ਜਿਹੜਾ ਪਹਿਲਾ ਹੈਗਾ ਉਹ ਜਿਹੜਾ ਹੈਗਾ ਉਹ ਗੇਟ ਕੀਮਾ ਪੁਲਿਸ ਵੱਲੋਂ ਫੜਿਆ ਗਿਆ। ਇਹਨਾਂ ਕਹਿੰਦੇ ਵੀ ਉਹਨਾਂ ਦੇ ਆਪਸ ਵਿੱਚ ਠੀਕ ਹੈ? ਨਹੀਂ, ਹਜੇ ਤੱਕ ਇਹਨਾਂ ਦੇ ਆਪਸ ਵਿੱਚ ਕੋਈ ਲਿੰਕ ਨਹੀਂ ਸਮਝ ਆਈ, ਕੋਈ ਸਾਹਮਣੇ ਨਹੀਂ ਹੈ। ਸਨੈਚਿੰਗ ਗਨ ਪੁਆਇੰਟ ਨਹੀਂ ਕਰਦੇ ਸੀ? ਬਿਲਕੁਲ ਜੀ, ਜਿਹੜੇ 2 ਪਰਚੇ ਦਰਜ ਹੈਗੇ ਆ ਇਹ ਤੇ ਉਹ ਗਨ ਪੁਆਇੰਟ ਤੇ ਦਰਜ ਹੈਗੇ ਸ਼ਾਗਾ ਤੇ।
ਵੈਪਨ ਜਿਹੜਾ ਇੱਕ ਇੱਕ